ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਵਰਪਾਲ, ਤਹਿਸੀਲ ਅੰਮ੍ਰਿਤਸਰ ਅਤੇ ਜ਼ਿਲ੍ਹਾ ਵੀ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ 6-7 ਦੇ ਲਾਗੇ ਬੰਨੇ ਪਸ਼ੂ ਵਿਖਾਵਾਂਗੇ। ਕੋਈ ਸੱਜਰ ਆ, ਕੋਈ ਤੋਕੜ ਆ, ਕੋਈ ਬੱਚੇ ਵਾਲੀ ਆ, ਕੋਈ ਬੱਚੇ ਤੋਂ ਬਿਨਾਂ ਵਾ, ਸਾਰੀ ਵਰਾਇਟੀ ਤੁਹਾਨੂੰ ਵਿਖਾਉਣੀ ਆ। ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਸਭ ਠੀਕ ਠਾਕ ਜੀ। ਅਤੇ ਨਾਮ ਦੱਸ ਦਿਓ ਕਰੀ ਫਿਰ। ਹਾਂਜੀ, ਪਿੰਡ ਵਰਪਾਲ ਮੇਰਾ, ਜ਼ਿਲ੍ਹਾ ਅੰਮ੍ਰਿਤਸਰ, ਬਾਬਾ ਨੌ ਸਿੰਘ ਸਮਾਧ ਤੋਂ ਵੀ 4 ਕਿਲੋਮੀਟਰ ਬੈਕ ਸਾਈਡ 'ਤੇ। ਠੀਕ ਹੈ। ਅਤੇ ਫੋਨ ਨੰਬਰ ਹੈਗਾ 97809 11798। ਠੀਕ ਹੈ। 97809 11798। ਠੀਕ ਹੈ। ਅਤੇ ਅੱਜ 2 ਮੱਝਾਂ ਅਤੇ ਬਾਕੀ ਕੋਈ 4-5 ਗਾਵਾਂ ਨਾ? 5 ਗਾਵਾਂ ਜੀ। ਠੀਕ ਹੈ, ਮਤਲਬ 7 ਡੰਗਰ ਹੈਗੇ ਆ। ਪਹਿਲਾਂ ਮੱਝਾਂ ਵਿਖਾ ਦਈਏ ਫਿਰ? ਹਾਂਜੀ, ਮੱਝ ਝੋਟੀ ਖਾ ਲਓ। ਪਹਿਲਾਂ ਆਹ ਝੋਟੀ ਤੋਂ ਸ਼ੁਰੂਆਤ ਕਰ ਲਈਏ। ਸੋਹਣੀ ਝੋਟੀ ਆ, ਛੋਟਾ ਸਿੰਘ ਆ, ਮਤਲਬ ਝੋਟੀ ਦੇ ਹਿਸਾਬ ਨਾਲ ਚਲੋ ਫੱਬਦਾ ਵਾ। ਹਾਂ, ਦੇਖ ਸਕਦੇ ਜੀ, ਠੀਕ ਹੈ ਜਿਹੜਾ ਸਿੰਘ। ਅਤੇ ਥਣਾਂ ਦਾ ਸਾਈਜ਼ ਗੈਪ ਜਿਹੜਾ ਚੰਗਾ ਆ। ਕਿੰਨਾ ਚਿਰ ਕੋਲ ਦੁੱਧ ਪੱਕਾ ਤਿਆਰ? ਦੁੱਧ ਰੁਪਈ 8-9 ਅਸੀਂ ਜੀ 7 ਕਿਲੋ ਜਿਹੜਾ ਪੱਕਾ ਚਵਾ ਦੇਣਾ ਪੱਕੇ ਨੂੰ। ਪੱਕਾ ਦੁੱਧ ਹੈਗਾ 7 ਕਿਲੋ? 7 ਕਿਲੋ ਐ ਬਿਲਕੁਲ ਕੰਡੇ ਵਾਲਾ। ਅੱਛਾ, ਕੰਡੇ ਰੱਖਦੇ 5 ਲੀਟਰ ਦੇ ਮੇਲੇ। ਠੀਕ ਆ, 7 ਕਿਲੋ ਚਵਾ ਦਾਂਗੇ ਆਪਣੇ ਘਰੋਂ। ਤੋਰ ਦਿਓ ਫਿਰ ਇਹਨਾਂ ਇੱਕ ਵਾਰੀ, ਆਪਣੇ ਘਰ ਚਵਾ ਕੇ ਦੇ ਦਾਂਗੇ ਆਪਣੇ ਆਪਾਂ 3 ਡੰਗ ਚੋਲੇ ਕੋਈ। ਦੁੱਧ ਜਿਹੜਾ 7 ਕਿਲੋ ਕਹਿੰਦੇ ਕਿ ਹੈਗਾ ਇਹਦੇ ਕੋਲ ਪੱਕਾ? ਹੈਗੀ, ਬੱਚੇ ਤੋਂ ਬਿਨਾਂ ਹੀ ਆ ਜਿਹੜੀ, ਬੱਚਾ ਨਹੀਂ ਹੈਗਾ ਇਹਦਾ, ਮੱਝਾਂ ਦੋਵੇਂ ਬੱਚੇ ਤੋਂ ਬਿਨਾਂ। ਹੱਲਿਆ ਆਪਾਂ ਦੇਖ ਸਕਦੇ ਹਾਂ, ਚਲੋ ਠੀਕ ਹੈ, ਕੰਪੈਕਟ ਜਿਹਾ ਬਣਨਾ। ਸੁਬਾਹ ਕਿਨਵਾਂ ਵੀਰ ਜੀ ਇਹਦਾ? ਪਹਿਲਾਂ ਹੀ ਸੁਬਾਹ ਜਿਹੜਾ ਦੱਸਦੇ ਆ। ਅਤੇ ਕਿੰਨਾ ਵੀਰ ਜੀ ਫਿਰ ਝੋਟੀ ਦਾ ਮੁੱਲ? ਝੋਟੀ ਦਾ ਮੁੱਲ ਰੁਪਏ 50 ਕਰੀਏ 55 ਕਰੀਏ 48,000 ਦੇ ਦਾਂਗੇ। 48,000 ਬਾਕੀ ਕੋਈ ਮੋੜਦੇ ਨੇ ਕਿਸੇ ਭੈਣ ਭਰਾ ਨੂੰ? ਜਿੰਨਾ ਵੀ ਹੋਇਆ ਮਾਨਦਾਨ ਕਰਾਂਗੇ ਭੈਣ ਭਰਾ ਨੂੰ। ਫੋਨ ਮੋੜ ਤੋਰਨੇ ਯਾਰ ਭਾਜੀ, ਖਾਲੀ ਨਹੀਂ ਮੋੜਨਾ। ਅੱਛਾ, ਫੋਨ ਕਰੇ ਕੋਈ ਗੱਲ, ਦੇ ਕੇ ਤੋਰਾਂਗੇ ਮੁੱਲ ਲਾਵੇ ਝੋਟੀ ਦਾ ਕੋਈ, ਦੇ ਕੇ ਤੋਰਾਂਗੇ। ਠੀਕ ਹੈ ਜੀ, ਬਾਕੀ ਸਫਾਈਆਂ ਸਫਾਈਆਂ ਬਣੀਆਂ ਝੋਟੀ ਬਾਕੀ ਚਲੋ ਝੋਟੀ ਜਿੰਨੀ ਵੀ ਆ ਸਫਾਈ 'ਚ ਆ, ਜੇ ਕਿਤੇ ਗਾਂ ਤਿਆਰ ਹੁੰਦੀ ਆ ਤੇ ਗਾਂ ਝੋਟੀ ਚਲੋ ਚੰਗੇ ਰਕਮ ਦੀ ਤਿਆਰ ਹੋਣੀ ਆ। ਤੇ ਹੁਣ ਇੱਕ ਹੋਰ ਮੈਂ ਤੁਹਾਨੂੰ ਦਿਖਾਉਣੀ ਆ ਥਾਣਾ, ਇਹਦੇ ਵੀ ਤੁਹਾਨੂੰ ਲੱਗ ਗਏ ਤੇ ਦਿਖਾ ਦਈਏ। ਬਾਕੀ ਮਿਲਕਮੈਨ ਵੀ ਇਹਦੀ ਚੰਗੀ ਲੱਗੀ ਆ, ਤੇ ਇਹ ਵੀ ਬੱਚੇ ਤੋਂ ਬਿਨਾਂ ਜੀ? ਇਹ ਬੱਚੇ ਤੋਂ ਬਿਨਾਂ ਜੀ, ਤੇ ਇਹ ਵੀ ਪਾੜੇ ਦੇ, ਇਹ ਵੀ ਜਿਹੜਾ ਸੱਜਰ ਸੂਈ ਹੋਣੀ ਤਾਂ ਉਹ ਦਿਨੇ ਵੀ ਚੰਗਾ ਕੱਢਿਆ ਹੋਣਾ ਜੀ, 13-14 ਕਿਲੋ ਕੱਢਿਆ ਵਾ। ਅੱਛਾ, ਬਾਕੀ ਆਪਾਂ ਹੁਣ 9 ਕਿਲੋ ਦੁੱਧ ਹੈਗਾ ਆਪਣੇ। 9 ਕਿਲੋ ਹੈਗਾ ਪੱਕਾ ਦੁੱਧ ਆਪਣੇ? ਜਿਹੜਾ ਕੰਡੇ ਰੱਖ ਲਏ ਕੋਈ ਤੋਲ ਕੇ ਲੈ ਜੇ। ਅੱਛਾ, ਜਿੱਦਾਂ ਮਰਜ਼ੀ ਕਰ ਲਏ, ਕੋਈ ਚੱਕਰ ਨਹੀਂ, ਤੋਰ ਦਿਓ ਫਿਰ ਇਹਨਾਂ ਵੀ। 9 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਵਾ, ਬਾਕੀ ਬਹਾਨਾ ਦੱਸੀ ਜਾਂਦਾ ਮਾਈ ਤਾਂ ਇਹਨਾਂ ਦੇ ਦੁੱਧ ਚਾਹੀਦਾ ਹੀ ਗਰਮਾਲੀ ਨੂੰ। ਠੀਕ ਆ, ਦੁੱਧ ਜਿਹੜਾ 9 ਲੀਟਰ ਕਹਿੰਦੇ ਕਿ ਇਹਦੇ ਕੋਲ ਪੱਕਾ ਹੈਗਾ ਵਾ, ਹੈਗੀ ਜਿਹੜੀ ਇਹ ਵੀ ਬੱਚੇ ਤੋਂ ਬਿਨਾਂ ਹੀ ਆ। ਤੇ ਇਹਦਾ ਫਿਰ ਮੁੱਲ? ਮੁੱਲ ਰੁਪਏ 50 ਕਰੀਏ 52 ਕਰੀਏ ਦੇ ਦਾਂਗੇ 47,000 ਦੀ। ਕਿੰਨੇ ਕਰ ਦਾਂਗੇ ਮਾਨਦਾਨ ਖੁੱਲਾ ਕਰ ਦਾਂਗੇ? 47 ਦੀ? 47 ਜੋ ਖੁੱਲਾ ਤਾਂ ਮਾਨਦਾਨ ਕਰਦਾ, ਮੋੜਨਾ ਨਹੀਂ ਯਾਰ ਕੋਈ ਕਿਸੇ ਨੂੰ, ਉਹ ਭੈਣ ਭਰਾ ਫੋਨ ਲਾਵੇ ਆਪਣੀ ਪਸੰਦ ਕਰੇ ਦੇ ਕੇ ਤੋਰਾਂਗੇ ਯਾਰ, ਕੋਈ ਖਾਲੀ ਨਹੀਂ ਮੋੜਦਾ ਕਿਸੇ ਨੂੰ। ਅੱਛਾ,
ਬਾਕੀ ਕੋ ਫੋਨ ਲਾਵੇ ਇੱਕ ਵਾਰੀ ਬਸ ਤੇ ਮਾਨਤਾ 47 ਚ ਹੋ ਜੂਗਾ ਖੁੱਲਾ ਤੇ ਦੁੱਧ 9 ਲੀਟਰ ਹੈਗਾ ਪੱਕਾ ਠੀਕ ਹੈ ਜੀ ਤੇ ਹੁਣ ਗਾਵਾਂ ਦਿਖਾ ਦਈਏ ਆਹ ਵਿਗੀ ਜੇ ਆਹ ਵਿਗੀ ਆਉਣ ਤੋਂ ਪਹਿਲਾਂ ਹੀ ਇਹ ਸੱਜਰ ਸੂਈ ਸੀ ਤਾਜੀ ਇਹ ਆਉਣ ਤੋਂ ਪਹਿਲਾਂ ਹੀ ਵੇਖੀ ਤੇ ਇੱਕ ਆ ਸਾਹੀਵਾਲ ਗਾਂ ਆ ਠੰਡੀ ਧੇਰੀ ਆ ਜਿਹੜੀ ਬਾਕੀ ਹਵਾਨੇ ਦੀ ਧੱਕ ਚਲ ਹੋ ਜਾਂਦੀ ਥੋੜੀ ਗਾਂ ਨੂੰ ਆਜ ਲੈ ਆ ਤੇ ਦੁੱਧ ਜਿਹੜਾ 10-11 ਲੀਟਰ ਜਿਹੜਾ ਬਿਲਕੁਲ ਚਵਾ ਦੋਗੇ ਠੀਕ ਆ ਤੇ ਹੁਣ ਆ ਜਿਹੜੀ ਇਸ ਤੋਂ ਬਾਅਦ ਬੈਠ ਜੇ ਬਰਾਬਰ ਨੀ ਕੀਤੇ ਤੇ ਸੂਆ ਪਹਿਲਾਂ ਹੀ ਦੁੱਧ ਕਿੰਨਾ ਇਹਦੇ ਕੋਲ ਪੱਕਾ ਦੁੱਧ ਹੈਗਾ ਤੋਰੋ ਫਿਰ ਇਹਨਾਂ ਅੱਛਾ ਤੇ ਬਿਲਕੁਲ ਫਿਕਸ ਜਿਹਾ ਹਵਾਨਾ ਵਾ ਜਿਹੜਾ ਪਹਿਲਾ ਸੂਆ ਹੈ ਜਿਹੜਾ ਤੇ ਛਿੱਗੀ ਹੋਣ ਦੀ ਹੈ ਦੁੱਧ ਇਹਦੇ ਕੋਲ 8 ਕਿਲੋ ਜਿਹੜਾ ਕਹਿੰਦੇ ਕਿ ਪੱਕਾ ਹੈਗਾ ਬਾਕੀ ਵੈੜ ਸੋਹਣੀ ਵੈੜ ਆ ਬਾਕੀ ਜੇ ਕੋਈ ਗਾਂ ਤਿਆਰ ਕਰ ਲੂਗਾ ਤੇ ਫਿਰ ਚੰਗੀ ਰਕਮ ਦੀ ਤਿਆਰ ਹੋਣੀ ਫਿਕਸ ਜਿਹਾ ਹਵਾਨਾ ਜਿਹੜਾ ਇਹਦਾ ਬਿਲਕੁਲ ਤੇ ਇਹਦਾ ਫਿਰ ਮੁੱਲ ਅੱਛਾ 20 ਜੋ ਮਾਨਤਨ ਕਰ ਦੁੱਧ 8 ਲੀਟਰ ਚਵਾ ਦੋ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਕੀ ਚਲੋ ਜਿੱਦਾਂ ਦੀ ਮੱਛੀ ਖਰੀ ਹੈ ਕੋਈ ਗੱਲ ਨਹੀਂ ਮੱਛੀ ਨੂੰ ਕਿਉਂ ਲਿਆ ਹਾਂਜੀ ਨਵੀਂ ਮੱਛੀ ਹੈ ਫਿਕਸ ਬਣਨੇ ਦੀ ਹੈ ਕਿ ਬਿਲਕੁਲ ਇਹੋ ਜਿਹੀਆਂ ਗਾਵਾਂ ਗਾਂ 5-7 ਸੂਏ ਸੂ ਪੈਣ ਤੇ ਕੋਈ ਗੱਲ ਨਹੀਂ ਦੂਜੇ ਤੀਜੇ ਸੂਏ ਲੋਕ ਕਹਿ ਕੇ ਵੇਚ ਦਿੰਦੇ ਆ ਹਾਂਜੀ ਹਾਂਜੀ ਤੇ ਹੁਣ ਇੱਕ ਆ ਜਰਸੀ ਵਿਕੀ ਜੀ ਇਹ ਵਿਕੀ ਕਿ ਵਿਕਣ ਵਾਲੀ ਹੈ ਅੱਛਾ ਇਹ ਵਿਕਣ ਵਾਲੀ ਉਹ ਪਰਲੀ ਜਰਸੀ ਵਿਕੀ ਹੈ ਹੈਂਡਲੀ ਵਿਕੀ ਹੈ ਇਹਦੇ ਕੋਲ ਕਿੰਨਾ ਦੁੱਧ ਇਹਦਾ ਬੱਚਾ ਹੈਗਾ ਜੀ ਇਹਦੇ ਮਗਰ ਹਫ਼ਤੇ ਦੀ ਸੂਈ ਹੈ ਮਗਰ ਵੱਛੀ ਹੈ ਇਹਦੇ ਕੋਲ 8 ਕਿਲੋ ਦੁੱਧ ਜਿਹੜਾ ਕਹਿੰਦੇ ਹੈਗੇ ਤੋਰ ਦੋ ਫਿਰ ਇਹਨੂੰ
ਅੱਜ ਲੈ ਆਓ ਜੀ। ਲੈ ਜਾਓ ਤੇ 8 ਕਿਲੋ ਪੱਕਾ ਦੁੱਧ ਵੀਰ ਜੀ। ਫਿਰ ਇੱਕ ਤੇ ਇਹਦਾ ਮੁੱਲ ਕਾਲੀ ਰੱਸੀ ਵਾਲੀ ਵੱਛੀ ਆ ਜਿਹੜੀ ਹੁਣੇ ਗਾਮ ਖਾਈ ਓਹਦੀ ਵੱਛੀ ਆ। ਤੇ ਚਲੋ ਫਿਰ ਆ ਵੀ ਤੋਰ ਦੀ ਇੱਕ ਐਂਡ ਤੇ ਰਹਿ ਗਈ ਗਾ। ਇਹ ਬੱਚੇ ਤੋਂ ਬਿਨਾ ਹੀ ਆ ਹਨਾ, ਬੱਚੇ ਤੋਂ ਬਿਨਾ ਜੀ। ਹੈਗੀ ਠੰਡੀ ਤੇਰੀ ਆ ਭਾਵੇਂ ਭਾਈ ਦੂਜੇ ਬੰਨੇ ਬਹਿ ਜਾਓ। ਅੱਛਾ ਇਹ ਲੱਤਾਂ ਮਾਰਨਾ ਕੋਈ ਵਖਰਾ ਨਹੀਂ ਭਾਵੇਂ ਦੋਵੇਂ ਬੰਨੇ ਬੈਜੇ ਤੇਰੇ ਮੱਝੀ ਬੈ। ਬਾਕੀ ਦੁੱਧ ਦੇ ਇਹਦਾ ਵੀ ਮੱਝਾਂ ਵਰਗਾ ਹੋਣਾ ਪੂਰਾ ਮੱਝਾਂ ਵਰਗਾ ਦਾ ਵੀ ਤੇ ਭਾਵੇਂ ਜਿੱਦਾਂ ਮੱਝਾਂ ਹੋਵੇ ਬੰਨੇ ਵੱਖਰੇ ਵੱਖਰੇ ਤਾਂ ਹੁੰਦਾ। ਬਾਕੀ ਇਹੋ ਜੀ ਗਾਂ ਜਿਹੜੀ ਠੰਡੀ ਸੀਲ ਥੋੜੀ ਘੱਟ ਲੱਭਦੀ ਆ। ਇਹ ਠੰਡੀ ਸੀਲ ਘੱਟ ਲੱਭਦੀ ਆ ਜਿਹੜੀ ਲੱਤ ਮਾਰਦੀ ਨਹੀਂ ਭਾਜੀ ਨੇ। ਤੇ ਘਰ ਦੁੱਧ ਵਰਤਣ ਵਾਸਤੇ ਇਹਨਾਂ ਦਾ ਸਭ ਤੋਂ ਵਧੀਆ ਦੁੱਧ ਹੁੰਦਾ ਵਾ। ਕਿੰਨਾ ਇਹਦੇ ਕੋਲ ਦੁੱਧ? ਚਲੋ ਲੈ ਆਓ। ਛੇ ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ। ਚਲੋ ਕਿਸੇ ਦਾ ਘਰ ਦਾ ਚਾਹ ਪਾਣੀ ਤਾਂ ਸਾਰੀ ਜਾਊਗੀ ਤੇ ਹੈਗੀ ਠੰਡੀ ਧੇਰੀ ਆ। ਇਹ ਮੇਨ ਬਾਤ ਹੈ, ਰੱਸੀ ਨਹੀਂ ਪਾਉਂਦੀ, ਪਹਾੜਾ ਨਹੀਂ ਪਾਉਂਦੀ ਯਾਰ ਪੀਜੇ ਨੂੰ। ਅੱਛਾ ਵਧੀਆ ਅਰਮਾਨ ਨਾਲ ਇਹਦਾ ਝੱਟ ਲੰਘਾਈ ਜਾਊਗੀ। ਤੇ ਇਹਦਾ ਮੁੱਲ? ਇਹਦਾ ਮੁੱਲ ਯਾਰ ਪੀਜੀ 12 ਕਰੀ 13 ਕਰੀ 10,000 ਦੇ ਦਾਂਗੇ। 10,000 ਦੀ ਉੱਚੋਂ ਹੀ ਮਾਨਦਾਨ ਕਰ ਦਾਂਗਾ ਆਪਾਂ, ਕੋਈ ਗੱਲ ਨਹੀਂ। ਫੋਨ ਲਾਵੇ ਭੈਣ ਭਰਾ ਕੋ ਪਸੰਦ ਕਰੇ ਦੇ ਦਾਂਗੇ ਆਪਾਂ, ਖਾਲੀ ਨਹੀਂ ਮੋੜਨਾ। ਖਾਲੀ ਨਹੀਂ ਮੋੜਨਾ ਕੋਈ ਹਨਾ ਯਾਰ, ਕਿ ਭੈਣ ਭਰਾ ਬਾਕੀ ਆਪਣੀ ਤਸੱਲੀ ਕਰਕੇ ਖੜੇ। ਠੀਕ ਆਪਣੀ ਦੇ ਕਿੱਲੇ ਵੱਜਿਆਂ ਦੀ ਗਰੰਟੀ ਜੀ। ਠੀਕ ਇਹਦੇ ਘਰ ਤੁਰ ਪਈ ਆਪਣੀ ਗਰੰਟੀ ਕੋਈ ਨਹੀਂ ਜੀ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਵੀਰ ਜੀ। ਬਾਕੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ।